ਸਰਦਾਰ ਵਜੀਦ ਸਾਹਿਬ ਦਾ ਰੁਪਈਆ ਫੜੋ। ਇੱਧਰ ਆ ਜਾਓ ਚੌਧਰੀ ਜਵੇਦ ਸਰ, ਟਰੈਵਲ ਏਜੰਸੀ ਵਾਲੇ, ਪਾਕਿਸਤਾਨ ਸਹਿਰਜ ਵਾਲੇ, ਸਾਡੇ ਸ਼ਬਾਦੇ ਵੀਰ ਕਬੱਡੀ ਦੇ ਪ੍ਰਮੋਟਰ, ਅਗਲੀ ਕਬੱਡੀ ਅਨਾਸ ਬਸਰਾ, ਨਾਸਰ ਬਸਰਾ, ਉਸਰਾ ਨਾਸਰ। ਅੱਜ ਨਹੀਂ ਲੋ ਜੀ, ਅਗਲੀ ਕਬੱਡੀ ਫਿਰ ਗਰਾਊਂਡ ਦੇ ਵਿੱਚ। ਟੀਮ ਕਪਤਾਨ ਵੱਧ ਗਿਆ 316 ਦੀ ਧਰਤੀ ਦਾ। ਅਤੀਕ ਪਾਵਾ ਫੋਰ ਖੇਡੇ ਆ ਮੁੰਡੇ ਨੇ। ਚਲੋ ਬੜੀ ਦਿੱਕਤ ਲੱਗ ਜਾਂਦਾ ਨਹੀਂ ਪਤਾ ਲੱਗਦਾ ਜੋਸ਼ ਦੇ ਵਿੱਚ। ਚੱਲ ਵੀ ਕਬੱਡੀ ਪਾਏਗਾ ਹਾਜੀ ਅਬਦੁਲ ਗਫੂਰ ਜੱਟ ਦਾ ਪੁੱਤਰ ਚੌਧਰੀ ਮਨਜ਼ੂਰ ਖਾਨ ਸਾਹਿਬ। ਲੋ ਜੀ ਕਬੱਡੀ ਦਾ ਆ ਗਿਆ ਭਾਨਾ ਜੱਟ। ਚੱਲ ਜੱਟਾ ਮੁਹੰਮਦ ਅਮਰਾਨ ਭਾਨਾ ਜੱਟ ਕਬੱਡੀ ਦੇ ਉੱਤੇ ਇਹ ਮੱਧਮਤਕ ਚਾਲ ਹੈ। ਸ਼ੇਰਾ ਵਰਗੀ ਕਹਿੰਦੇ ਗਬਰੂ ਹੱਥ ਲੈ ਰੱਖਦਾ ਸਿੰਘਾ ਜਾ ਕੇ ਵਿੱਚ ਜਾਫੀਆਂ ਦੇ ਵਜਣਾ ਜਿਵੇਂ ਫੌਰਨ ਤਰੰਗ ਸੱਤ ਵਾਰ ਉਹ ਵਿੱਚ ਜੱਟ ਦਾ ਕੱਲਾ ਕੱਲਾ ਰਿਕਾਰਡ ਪਿਆ ਹੈ ਦੱਸਦਾ ਉਹ ਵਿੱਚ ਜੱਟ ਦਾ ਕੱਲਾ ਕੱਲਾ ਕਬੱਡੀ ਦਾ ਰਿਕਾਰਡ ਹੈ ਦੱਸਦਾ। ਜ਼ੁਬੈਰ ਬਲੋਚ ਚੌਧਰੀ ਮੁਹੰਮਦ ਜਮੀਲ ਸਾਹਿਬ ਆ ਵੇਖੋ ਕਹਿੰਦੇ ਦੋ ਨੰਬਰ ਦਾ ਮੁੰਡਾ ਲੱਗਿਆ ਸਾਥੀ ਬਰਾਤੀ ਨਾਲ ਲੱਗੇ ਸ਼ਾਹੀ ਪਾਕ ਆਰਮੀ ਦਾ ਪੱਲਾ ਕੇ ਨੌਜਵਾਨ ਦਾ ਪਾਕ ਆਰਮੀ ਸ਼ਹਿਰੀ ਕਰਵਾਨ ਪਾਕ ਆਰਮੀ ਨੰਬਰ 6 ਦਾ ਇਹ ਆਰਮੀ ਦੇ ਜਸਦ ਵਿੱਚ ਰੱਖੋ ਅੱਲਾ ਪਾਕ ਨੇ ਕਿੰਨਾ ਕੰਦੂਰ ਪਾਇਆ ਆਪਣੇ ਦੇਸ਼ ਲਈ ਸ਼ਹੀਦ ਹੁੰਦੇ ਇਮਾਨੀ ਜਜ਼ਬਾ ਮੇਰੇ ਹਜ਼ੂਰ ਪਾਇਆ ਜਿਹੜਾ ਦਿਲ ਪਲੇਰ ਨੂੰ ਚਾਹੀਦਾ ਏ ਉਹ ਦਿਲ ਖੁਦਾ ਜ਼ਰੂਰ ਪਾਇਆ ਇੰਜ ਪਾਉਂਦੇ ਮੁਖਾਲਫ ਨੂੰ ਹੱਥ ਸਾਕੀ ਚਾਹੇ ਕਿਸੇ ਲੁਹਾਰ ਜ਼ਰੂਰ ਪਾਇਆ ਅਗੈਸ ਪਸਰਾ ਹਾਏ ਹਾਏ ਢਾਟਾ ਕੇ ਸਿੱਟਦਾ ਜੇ ਮੁੰਡਾ ਢਾਟਾ ਕੇ ਜੱਫੀਆਂ ਦੇ ਵੱਖਰੇ ਤੇ ਉਹਦੇ ਵੱਖਰੇ। ਲੋਰੀ ਕਬੱਡੀ ਫੇਰ ਪਾਏਗਾ ਟੀਮ ਕਪਤਾਨ ਚੱਕ ਨੰਬਰ 316 ਦੀ ਕਹਿੰਦੇ ਧਰਤੀ ਹੈ ਮੁੰਡੇ ਦੀ ਅੱਜ ਪੂਰਾ ਪਿੰਡ ਆਇਆ 316 ਵਾਲਿਆਂ ਦਾ ਉਹਦਾ ਰਾਸ਼ਨ ਬਸਰਾ ਕੈਂਚੀਆਂ ਦਾ ਡੱਕਣਾ ਕੈਂਚੀਆਂ ਲਾ ਲਾ ਕੇ ਅਗਲੀ ਕਬੱਡੀ ਧਾਨਾ ਜੱਟ ਚਾਲੇ ਗਬਰੂਆ ਪਾਵੇ ਕਬੱਡੀ ਟਾਈਗਰ ਹੈ ਕਬੱਡੀ ਦਾ ਕਹਿੰਦੇ ਕਬੱਡੀ ਦਾ ਟਾਈਗਰ ਕਹਿੰਦੇ ਨੇ ਇਸ ਨੌਜਵਾਨ ਨੂੰ ਬੇਲੇ ਵਰਗੇ ਪੱਗ ਨੇ ਪੂਰਾ ਲੁਸ ਲੁਸ ਕਰਦਾ ਹੋਇਆ ਪੇਟਾ ਜਵਾਨੀ ਪੂਰੀ ਕੈਮ ਹੈ ਜੱਟ ਦੀ ਪੂਰਾ ਟੱਬਰ ਪੈਗਾ ਪੂਰਾ 316 ਇਹ ਸੋਹਰਾ ਟੇਕਾ ਨਹੀਂ ਕੱਲੇ ਨੂੰ ਕੱਲਾ ਡੱਕੇ ਪੂਰੇ ਟੱਬਰ ਦਾ ਠੇਕਾ ਨਹੀਂ। ਲੋ ਜੀ ਅਗਲੀ ਕਬੱਡੀ ਜ਼ੁਬੈਰ ਬਲੋਚ ਇਹ ਹੱਥਾਂ ਦੇ ਵਿੱਚ ਕੁਛ ਕੋਲ ਨਹੀਂ ਹੁੰਦਾ ਮੇਰੇ ਕੋਲ ਜਦ ਕੋਲ ਨਹੀਂ ਹੁੰਦਾ ਲੱਖਾਂ ਠੁੱਕੇ ਖਾਣੇ ਪੈਂਦੇ ਨੇ ਚੌਧਰੀ ਜਵੇਦ ਸਾਹਿਬ ਇੰਜ ਵੱਟਾ ਗੋਲ ਨਹੀਂ ਹੁੰਦਾ ਲੱਖਾਂ ਠੁੱਕੇ ਖਾਣੇ ਪੈਂਦੇ ਨੇ ਇੰਜ ਵੱਟਾ ਗੋਲ ਨਹੀਂ ਹੁੰਦਾ ਕਬੱਡੀ ਦੇ ਜ਼ੁਬੈਰ ਬਲੋਚ ਦੂਸਰੇ ਬਣੇ ਰਾਸ਼ਨ ਬਸਰਾ ਸ਼ਹਿਰੀ ਪਾਕ ਆਰਮੀ ਰਿਜ਼ਵਾਨ ਚਾਟੇ ਅਤੀਕ ਪਾਵਾ ਓਪਨ ਨੁਮਾਇੰਦਗੀ ਲੋਰੀ ਫਿਰ ਕਬੱਡੀ ਅਵੈਸ ਬਸਰਾ ਤੇਜ਼ ਗੱਡੀ ਕੱਲ ਨਹੀਂ ਚੱਲਿਆ ਲੇਕਿਨ ਅੱਜ ਪੂਰਾ ਤਿਆਰੀ ਨਾਲ ਆਇਆ ਮੁੰਡਾ ਅੱਜ ਉਹਨੇ ਆਖਿਆ ਮੇਰਾ ਮੈਚ ਹੀ ਉਸ ਟੀਮ ਦੇ ਨਾਲ ਹੈ ਲਾਈਨ ਕੈਚ ਪੁਆਇੰਟ ਰੇਡਰ ਜੀ ਪੁਆਇੰਟ ਅਵੈਸ ਬਸਰਾ ਚੌਧਰੀ ਮਨਜ਼ੂਰ ਸਾਹਿਬ ਖੁਸ਼ੀ ਮਹਿਸੂਸ ਕਰ ਰਹੇ ਨੇ ਲੋਰੀ ਅਗਲੀ ਕਬੱਡੀ ਫਿਰ ਰੇਡਰ ਦੀ ਜੀ ਅਬਦੁਲ ਮਜੀਦ ਸਾਹਿਬ ਜਨਰਲ ਕੌਂਸਲਰ ਕਬੱਡੀ ਵੇਖਣ ਵਾਲੇ ਜਨਾਬ ਕਬੱਡੀ ਵੇਖ ਕੇ ਅਤੀਕ ਪਾਵਾ ਪੁਆਇੰਟ ਕਮਾਂਡਰ ਦਾ ਜੀ ਪੁਆਇੰਟ ਰੇਡਰ ਚੱਲ ਵੀ ਕਬੱਡੀ ਵਾਸਤੇ ਆ ਗਿਆ ਫਿਰ ਗਰਾਊਂਡ ਦੇ ਵਿਚਾਲੇ ਕਹਿੰਦੇ ਮੁੰਡਾ ਮੁਹੰਮਦ ਅਦਰਾਨ ਧਾਨਾ ਜੱਟ ਚੱਲ ਵੀ ਜੱਟਾ ਸੀਮਾ ਪਾਰ ਕੇ ਪੁੱਛਾ ਦਾ ਮੰਜ਼ਲ
ਹੱਥਾਂ ਉੱਤੇ ਅਸਲੀ ਹਾਜ਼ਰੀ ਉਹਨਾਂ ਦੀ ਜਿਹੜੇ ਕਰੋਨਾ ਦੇ ਤੌਰ ਤੇ ਨਕਸ਼ਾ ਆਪਣੇ ਸਫਰਾਂ ਦਾ ਨਕਸ਼ਾ ਆਪਣੇ ਸਫਰਾਂ ਦਾ ਜਿਨ੍ਹਾਂ ਨੂੰ ਮੈਂ ਇਹਦਾ ਸਵਾਦ ਆ ਰਿਹਾ ਇੱਕ ਵਾਰੀ ਮਾਨਿਕਰਾਂ ਦੀ ਗੱਲ ਤਾੜੀ ਮਾਰੋ ਹੋ ਜੋੜ ਦਾ ਤਾੜੀ ਮਾਰ ਦਿਓ ਚੌਧਰੀ ਚਵੇਦ ਅਖਤਰ ਸਾਹਿਬ ਗੈਲਨ ਜ਼ਿੰਦਾਬਾਦ ਸਾਡੇ ਚੀਫ ਆਰਗੇਨਾਈਜ਼ਰ ਚੌਧਰੀ ਸਲਾਮ ਜੱਟ ਸਾਹਿਬ ਬੜੀ ਮਿਹਰਬਾਨੀ ਅੱਛੇ ਇਨਾਮਾਤ ਅੱਛੇ ਮੈਚ ਅਤੀਕ ਪਾਵਾ ਬਲੋਚ ਬਲੋਚ ਤੇ ਅਤੀਕ ਪਾਵਾ ਪਾਵਾ ਤੇ ਬਲੋਚ ਪਾਵਾ ਤੇ ਬਲੋਚ ਪਾਵਾ ਤੇ ਬਲੋਚ ਅਤੀਕ ਪਾਵਾ ਤੇ ਬਲੋਚ ਅਤੀਕ ਪਾਵਾ ਤੇ ਬਲੋਚ ਅਤੀਕ ਪਾਵਾ ਤੇ ਬਲੋਚ ਬਲੇ 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 ਅਗਰ ਰੇਡ ਦਾ ਸਵਾਦ ਆਇਆ ਤਾਂ ਪਲੇਅਰ ਦਾ ਹੱਕ ਨਹੀਂ ਰੱਖਣਾ ਤਾੜੀ ਮਾਰੋ ਪਲੇਅਰ ਸਾਹਿਬ ਇਧਰ ਇਨਾਮ ਲੈ ਕੇ ਜਾਓ ਚੌਧਰੀ ਜਵੇਦ ਸਾਹਿਬ ਵੱਲੋਂ ਸਾਹਮਣੇ ਅਗਲੀ ਕਬੱਡੀ ਫਿਰ ਪਾਉਣ ਵਾਸਤੇ ਗਰਾਊਂਡ ਦੇ ਵਿੱਚ ਨੌਜਵਾਨ ਅਦਨਾਨ ਧਾਨਾ ਜੱਟ 303 ਦੀ ਸ਼ਾਨ ਜਿਹਨੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ ਕਬੱਡੀ ਖੇਡ ਕੇ ਚੱਲ ਜੱਟਾ ਪਾ ਦੇ ਕਬੱਡੀ ਇੱਥੇ ਕਹਿੰਦੇ ਇੱਥੇ ਕਬੱਡੀ ਬਣਦੀ ਹੈ ਮੁੰਡੇ ਦੀ ਚਾਰ ਜਾਤੀ ਨੇ ਚਾਰੋਂ ਦੇ ਚਾਰੋਂ ਤਿਆਰ ਨੇ ਕਿ ਮੈਂ ਜੱਫਾ ਲਾਵਾਂਗਾ ਲੇਕਿਨ ਆ ਫਿਰ ਡਬਲ ਟੱਚ ਅੱਜ ਜਾਫੀਏ ਦੀ ਵੀ ਸੈਟਿੰਗ ਨਹੀਂ ਮਾਰ ਗਈ ਨੰਬਰ ਜਨਾਬ ਰੇਡਰ ਦਾ ਚੱਲ ਵੀ ਅਗਲੀ ਕਬੱਡੀ ਤੇ ਹਸਨੈਨ ਘੋੜਾ ਲੋ ਜੀ 316 ਦਾ ਘੋੜਾ ਗਿਆ ਜੀ ਕਬੱਡੀ ਪਾਉਣ ਵਾਸਤੇ ਲੋ ਜੀ ਉਧਰ ਵੇਖੋ ਪੁਆਇੰਟ ਜਾਫੀ ਦਾ ਜੀ ਵਾਹਦ ਰਣਾਵਾ ਸਾਹਿਬ ਸਾਡੇ ਬੇਤਰੀ ਰੈਫਰੀ ਉਹਨਾਂ ਦਾ ਇਸ਼ਾਰਾ ਵੀ ਜੋ ਨੰਬਰ ਹੈ ਉਹ ਜਾਫੀ ਦੇ ਖਾਤੇ ਜਾ ਜੁੜਿਆ ਜੀ ਅਗਲੀ ਕਬੱਡੀ ਪਾਏਗਾ ਅਵੈਸ ਬਸਰਾ ਫਿਰ ਗਰਾਊਂਡ ਦੇ ਵਿੱਚ ਚੱਲ ਵੀ ਬਸਰਾ ਪਾਵੇ ਕਬੱਡੀ ਕਿਆ ਬਾਤ ਹੈ ਫੌਜੀ ਸਾਹਿਬ ਕਿਆ ਬਾਤ ਹੈ ਲੋ ਜੀ ਪਹਿਲਾ ਹਾਫ ਆਪਣੇ ਇਫਤਤਾਹ ਤੇ ਪਹੁੰਚਿਆ ਪਹਿਲੇ ਹਾਫ ਜਿਹੜੇ